ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕੀਤਾ ਸਾਹਿਬ ਸਿਰੇ ਕਹਿੰਦੇ ਸੀਗੇ ਵੀ ਲਾਲਾ ਜੀ ਨੂੰ ਲਾਲਾ ਜੀ ਨਾ ਕਿਹਾ ਕਰੋ। ਲਾਲਾ ਵੈਸੇ ਕੋਈ ਮਜ਼ਹਬੀ ਨਾਮ ਨਹੀਂ ਹੈ, ਕਿਸੇ ਧਰਮ ਦਾ ਨਾਂ ਨਹੀਂ ਹੈ, ਕਿਸੇ ਕਮਿਊਨਿਟੀ ਦੇ ਵਿੱਚ ਇਸ ਨੂੰ ਜਿਹੜਾ ਵਪਾਰ ਕਰਨ ਵਾਲਾ ਬੰਦਾ ਉਹਨੂੰ ਲਾਲਾ ਕਿਹਾ ਜਾਂਦਾ। ਹਾਂਜੀ ਖੈਰ ਕਹਿੰਦੇ ਕੇਜਰੀਵਾਲ ਹੀ ਬਹੁਤ ਆ, ਕੇਜਰੀਵਾਲ ਦਾ ਦਿੱਲੀ ਮਾਡਲ ਚਰਚਾ ਦੇ ਵਿੱਚ ਹੈ, ਜੋ ਬਿਜਲੀ ਮੰਗੇਗਾ ਉਸਕੋ ਮਿਲੇਗੀ ਮੁਫਤ ਬਿਜਲੀ। ਕੀ ਕਹਿਣਾ ਚਾਹੁੰਦੇ? ਦੇਖੋ ਹੁਣ ਤੱਕ ਇਹ ਗੱਲ ਚੱਲਦੀ ਰਹੀ ਹੈ ਚਾਵਲਾ ਸਾਹਿਬ ਦਿੱਲੀ ਮਾਡਲ ਦੇ ਵਿੱਚ ਵੀ ਉੱਥੇ ਬਿਜਲੀ ਜਿਹੜੀ ਹੈਗੀ ਆ ਲੋਕਾਂ ਦਾ ਬਹੁਤ ਸਾਰੇ ਲੋਕਾਂ ਦੇ ਜ਼ੀਰੋ ਬਿੱਲ ਆ ਰਹੇ ਆ ਤੇ ਬਿਜਲੀ ਨਹੀਂ ਦਿੱਲੀ ਪਹੁੰਚ ਰਹੇ ਕਿਉਂਕਿ ਬਿਜਲੀ ਕਾਫੀ ਮਾਫ਼ ਕੀਤੀ ਉਹਨਾਂ ਨੇ। ਤੇ ਇਸ ਸੰਦਰਭ ਵਿੱਚ ਉਹਨਾਂ ਨੇ ਹੁਣ ਨਵਾਂ ਮਾਡਲ ਪੇਸ਼ ਕੀਤਾ ਕੇਜਰੀਵਾਲ ਸਾਹਿਬ ਨੇ, 1 ਅਕਤੂਬਰ ਤੋਂ ਜੇਕਰ ਕੋਈ ਬੰਦਾ ਬਿਜਲੀ ਮੁਫ਼ਤ ਮੰਗੇਗਾ ਤਾਂ ਉਸ ਨੂੰ ਉਹ ਮੁਫ਼ਤ ਬਿਜਲੀ ਦੇਣਗੇ। ਵੈਸੇ ਇਹ ਨਾ ਇਹ ਸੰਦਰਭ ਸੀਗਾ ਜੀ ਸੰਵਿਧਾਨ ਦੇ ਵਿੱਚ ਹੈਗਾ ਸੀਗਾ, ਚਾਵਲਾ ਸਾਹਿਬ ਡਾਕਟਰ ਅੰਬੇਦਕਰ ਨੇ ਕਿਹਾ ਸੀ ਕਿ ਮੈਂ ਕਿਹਾ 10 ਸਾਲ ਦਾ ਜਾਂ ਸਮਥਿੰਗ 20 ਸਾਲ ਦਾ ਸਮਾਂ ਰੱਖਿਆ ਸੀ ਰਿਜ਼ਰਵੇਸ਼ਨ ਤੇ। ਉਹਨਾਂ ਨੇ ਕਿਹਾ ਸੀਗਾ ਰਿਜ਼ਰਵੇਸ਼ਨ ਇੰਨਾ ਤੁਸੀਂ ਤਰੀਕੇ ਨਾਲ ਭਾਰਤ ਨੂੰ ਸੈੱਟ ਕਰਦੇ ਹੋ ਕਿ ਭਾਰਤ ਵਿੱਚ ਜਿਹੜਾ ਕੋਈ ਬੰਦਾ ਗਰੀਬ ਹੋਏਗਾ ਤਾਂ ਉਸ ਨੂੰ ਰਿਜ਼ਰਵੇਸ਼ਨ ਮਿਲੇਗੀ, ਗਰੀਬ ਰਹਿਣ ਨਾ ਦਿਓ ਕਿਸੇ ਨੂੰ ਤੁਸੀਂ। ਪਰ ਉਹ ਏਦਾਂ ਤਾਂ ਕਰ ਨਹੀਂ ਸਕੇ ਸੈੱਟ, ਤੇ ਸੈੱਟ ਨਹੀਂ ਕਰ ਸਕੇ ਤੇ ਫਿਰ ਉਹ ਆਪਣਾ ਰਿਜ਼ਰਵੇਸ਼ਨ ਲਗਾਤਾਰ ਜਾ ਰਹੀ। ਹੁਣ ਕੇਜਰੀਵਾਲ ਸਾਹਿਬ ਵੀ ਮੇਰੇ ਖਿਆਲ ਚ ਉਸ ਸੰਦਰਭ ਵਿੱਚ ਹੀ ਕਹਿ ਰਹੇ ਨੇ ਵੀ ਆਪਾਂ ਵੀ ਸੈੱਟ ਹੋ ਗਏ ਹਾਂ ਜੀ, ਦਿੱਲੀ ਦੇ ਲੋਕ ਅਮੀਰ ਹੋ ਚੁੱਕੇ ਨੇ, ਵਧੀਆ ਬਿਜਲੀ ਦੇਣ ਜੋਗੇ ਪੈਸੇ ਹੈਗੇ ਨੇ, ਹੁਣ ਕੋਈ ਮੁਫ਼ਤ ਬਿਜਲੀ ਲੈਣ ਵਾਲਾ ਬੰਦਾ ਨਹੀਂ ਹੋਣਾ। ਪਰ ਫਿਰ ਵੀ ਜੇਕਰ ਕੋਈ ਬਿਜਲੀ ਮੁਫ਼ਤ ਲੈਣਾ ਚਾਹੁੰਦਾ ਸਾਡੇ ਤੋਂ ਮੰਗ ਲੇਗਾ, 1 ਅਕਤੂਬਰ ਤੋਂ ਬਾਅਦ ਅਸੀਂ ਉਹ ਬਿਜਲੀ ਮੁਫ਼ਤ ਦੇ ਦਿਆਂਗੇ। ਹੁਣ ਇਹ ਮਾਡਲ ਲਾਗੂ ਕਿਵੇਂ ਕਰਿਆ ਕੇਜਰੀਵਾਲ ਸਾਹਿਬ, ਇਹ ਬੜੀ ਵੱਡੀ ਚੁਣੌਤੀ ਹੈਗੀ ਆ। ਪਰ ਤੁਸੀਂ ਕਿਹਾ ਸੇਠ ਸਾਹਿਬ ਨੇ ਤੇ ਲਾਗੂ ਕਰੀ ਦੇਣਗੇ ਮੇਰੇ ਖਿਆਲ ਚ। ਹੋ ਜੀ ਮਾਫੀਆ, ਮਾਫੀਆ ਕਈ ਤਰ੍ਹਾਂ ਦਾ ਹੈ, ਪੂਰੇ ਵਿਸ਼ਵ ਦੇ ਵਿੱਚ ਮਾਫੀਆ, ਮਾਫੀਆ ਦੀਆਂ ਵਰਾਇਟੀਆਂ ਬੜੀਆਂ ਨੇ, ਵਣਗੀਆਂ ਬੜੀਆਂ ਨੇ, ਮਾਫੀਆ ਹਰ ਖੇਤਰ ਦੇ ਵਿੱਚ ਹੈ, ਹਰ ਥਾਂ ਦੇ ਉੱਤੇ ਮਾਫੀਆ ਹੈ। ਮਾਫੀਆ ਮਾਈਨਿੰਗ ਮਾਫੀਆ, ਡਰੱਗ ਮਾਫੀਆ, ਸ਼ਰਾਬ ਮਾਫੀਆ, ਰਿਸ਼ਵਤਖੋਰੀ ਵਾਲਾ ਮਾਫੀਆ ਔਰ ਗੁੰਡਾਗਰਦੀ ਵਾਲਾ ਮਾਫੀਆ, ਰਾਜਨੀਤਿਕ ਸਭ ਤੋਂ ਵੱਡਾ ਮਾਫੀਆ ਜਿਹੜਾ ਹੈ ਉਹ ਵੱਡਾ ਕਾਲਾ ਨਾਗ ਫਨੀਅਰ ਜਿਹਨੂੰ ਕੋਬਰਾ ਕਹਿੰਦੇ ਉਹ ਹੈ, ਜਿਨ੍ਹਾਂ ਦੀ ਛਤਰ ਛਾਇਆ ਹੇਠ ਸਭ ਕੁਝ ਹੁੰਦਾ। ਸਭ ਤੋਂ ਵੱਡਾ ਮਾਫੀਆ ਰਾਜਨੀਤਿਕ ਮਾਫੀਆ। ਭਗਵੰਤ ਮਾਨ ਕਹਿੰਦਾ ਹੈ ਕਿ ਜਲਦੀ ਹੀ ਪੰਜਾਬ ਨੂੰ ਕਰਾਂਗੇ ਮਾਫੀਆ ਮੁਕਤ। ਇੱਕ ਗੱਲ ਯਾਦ ਆ ਗਈ, ਸਰਦੂਲ ਸਿਕੰਦਰ ਸਾਹਿਬ ਇਸ ਸੰਸਾਰ ਤੋਂ ਚਲੇ ਗਏ, ਇਹਨਾਂ ਨੇ ਇੱਕ ਗੀਤ ਗਾਇਆ ਸੀ ਕਿ ਲੋਕਾਂ ਦੇ ਤਾਂ ਪੁੱਤ ਨਿੱਤ ਵਤਨਾਂ ਨੂੰ ਆਉਂਦੇ, ਤੇਰਾ ਉੱਡਦਾ ਨਹੀਂ ਚੰਦਰਾ ਜਹਾਜ਼ ਵੇ। ਪੂਰਾ ਖਾਲਸ ਸੋਨੇ ਦਾ ਬਿਸਕੁਟ ਲੈ ਕੇ ਉਹਦੇ ਉੱਤੇ ਉਹਨੂੰ ਗੋਲਡ ਮੈਡਲ ਸਨਮਾਨ ਕੀਤਾ ਸੀ, 31 ਗ੍ਰਾਮ ਦਾ ਬਣਦਾ। ਭਗਵੰਤ ਮਾਨ 5 ਸਾਲਾਂ ਦੇ ਵਿੱਚ ਜੇ ਮਾਫੀਆ ਮੁਕਤ ਕਰ ਦਿੰਦਾ ਹੈ ਤਾਂ ਜਦੋਂ ਕਿਤੇ ਪੰਜਾਬ ਦੀ ਧਰਤੀ 'ਤੇ ਜਾਂ ਇੱਥੇ ਕੈਨੇਡਾ ਦੇ ਵਿੱਚ ਆਵੇਗਾ ਤਾਂ ਮਾਫੀਆ ਮੁਕਤ ਹੋ ਜਾਵੇ ਪੰਜਾਬ, ਮੈਂ ਨੰਗੇ ਪੈਰੀ ਜਾ ਕੇ 5 ਔਂਸ ਜਿੰਨੀ ਕੁ ਮੇਰੀ ਕਾਤ ਦਾ ਗੋਲਡ ਮੈਡਲ ਇਸ ਮਾਨ ਦੇ ਗਲ ਵਿੱਚ ਖੁਦ ਪਾਵਾਂਗਾ। ਹਾਲਾਂਕਿ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਆ, ਜੇ ਪੰਜਾਬ ਨੂੰ ਮਾਫੀਆ ਮੁਕਤ ਕਰ ਦੇਵੇ, ਮਾਫੀਆ ਦੀਆਂ ਵਣਗੀਆਂ ਮੈਂ ਗਿਣਾ ਦਿੱਤੀਆਂ, ਮਾਫੀਆ ਮੁਕਤ ਕਰ ਦੇਵਾਂਗੇ। ਬਿਆਨ ਵੱਡੇ ਵੱਡੇ, ਹਾਂਜੀ, ਪੰਚਾਂ ਦਾ ਕਿਆ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ, ਭਗਵੰਤ ਮਾਨ ਦੇ ਮੂੰਹ ਦੇ ਵਿੱਚ ਘਿਓ ਖੰਡ ਸ਼ੱਕਰ। ਜੇ ਮਾਫੀਆ ਮੁਕਤ ਹੋ ਜਾਵੇ ਪੰਜਾਬ, ਅੱਜ ਪੰਜਾਬ ਦਾ ਬੱਚਾ 12 ਜਮਾਤਾਂ ਤੋਂ ਬਾਅਦ ਸਿੱਧਾ ਆਈਲੈਟ ਕਰਕੇ ਧੱਕੇ ਧੋੜੇ ਖਾ ਕੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਆਪਣੀ ਜ਼ਿੰਦਗੀ ਜਿਉਣ ਵਾਸਤੇ ਮਾਂ ਬਾਪ ਪਰਜਾ ਫੜ ਕੇ ਵੀ, ਤਰਲੇ ਲੈ ਕੇ ਵੀ ਭੇਜ ਰਹੇ ਨੇ ਬੱਚਿਆਂ ਨੂੰ, ਬੱਚਿਆਂ ਨੂੰ ਕਿਉਂ, ਡਿਗਰੀ ਲੈ ਕੇ ਕਰਨਾ ਕੀ ਆ, ਡਿਗਰੀ ਦੇਣ ਵਾਲਾ ਵੀ ਮਾਫੀਆ ਉੱਥੇ ਬੈਠਾ। ਅੱਜ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕਬੂਤਰ ਉੱਡਦੇ ਪਏ ਕਿ ਨਹੀਂ ਉੱਡਦੇ ਪਏ, ਜਿਹੜੀਆਂ 5 ਕੁ ਸਾਲ ਪਹਿਲਾਂ ਜਿਨ੍ਹਾਂ ਦੇ ਵਿੱਚ ਦਾਖਲੇ ਲੈਣ ਲੱਗਿਆ ਉਹ ਵੀ ਮਾਫੀਆ ਸੀ, ਕਿੰਨੇ ਕੁ ਮਾਫੀਆ ਦੀ ਬਣਗੀ ਕਨਾਈਏ। ਰੇਤ ਮਾਫੀਆ ਤਾਂ ਹੋ ਗਿਆ, ਡਰੱਗ ਮਾਫੀਆ ਹੋ ਗਿਆ, ਅਤੇ ਜਿਹੜਾ ਐਜੂਕੇਸ਼ਨ ਮਾਫੀਆ ਜਿਹੜਾ ਬੱਚਿਆਂ ਦੀ ਛਿੱਲ ਲਾ ਰਿਹਾ, ਉਹ ਜਿਹੜਾ ਮਾਫੀਆ ਟਿਕਟਾਂ ਮਹਿੰਗੀਆਂ ਵੇਚ ਰਿਹਾ, ਉਹ ਜਿਹੜਾ ਮਾਫੀਆ
आइलेट्स करा के लोगों उत्थे लुट रहा वो किन्नी तरह का माफिया खत्म करन दा संकेत दिता भगवंत मान ने की कहना चाहो जस्सा सिंह रामगढ़िया दे कल समागम सी चावला साहब उस टाइम उत्थे गए ने कुछ लोगों को सम्मानित भी किया भगवंत मान ने जस्सा सिंह रामगढ़िया मिसल के आगू सी अपन पता ही है उन्होंने बाबा बंदा सिंह बहादुर तो बाद मिसलों का राज हो गया सी पंजाब दे मिसलों के राज दे विच आपां कह देना जस्सा सिंह रामगढ़िया ने लाल किले उत्ते झंडा लहराया सी अपना सिख राज दा बहुत तगड़ा वड्डा खिताब उन्होंने मिलिया सीगा ਬੜਾ ਵੱਡਾ ਮੜਕੇ ਵੀ ਸਾਹਿਬ ਮਿਲਿਆ ਸੀ ਉਹਨਾਂ ਦੇ ਉੱਥੇ ਉਹ ਗਏ ਨੇ ਜੀ ਉੱਥੇ ਉਹਨਾਂ ਨੇ ਦੋ ਤਿੰਨ ਗੱਲਾਂ ਵਧੀਆ ਕੀਤੀਆਂ ਨੇ ਇੱਕ ਤਾਂ ਉਹਨਾਂ ਨੇ ਕੀਤਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਲਾਜ਼ਮੀ ਹੋਏਗਾ ਮੂੰਗੀ ਨੂੰ ਅਸੀਂ ਐਮ ਐਸ ਪੀ ਦੇ ਰਹੇ ਹਾਂ ਜਿਹੜੀ ਮੂੰਗੀ ਆ ਅਸੀਂ ਉਹਨਾਂ ਐਮ ਐਸ ਪੀ ਦੇ ਰਹੇ ਹਾਂ ਮੂੰਗੀ ਬੀਜੋ 40-45 ਦਿਨਾਂ ਦੀ ਫਸਲ ਹੈਗੀ ਆ ਤੇ ਇਸ ਦੇ ਵਿੱਚ ਤੁਸੀਂ ਅੱਛੇ ਤਰੀਕੇ ਨਾਲ ਕਮਾਈ ਕਰ ਸਕਦੇ ਹੋ ਤੇ ਪਾਣੀ ਬਚਾਓਗੇ 1500 ਰੁਪਇਆ ਪਰ ਏਕੜ ਤੁਹਾਨੂੰ ਅਸੀਂ ਦੇਵਾਂਗੇ ਮੁਆਵਜ਼ਾ ਤੁਸੀਂ ਪਾਣੀ ਝੋਨਾ ਜਿਹੜੇ ਸਿੱਧੀ ਬੀਜ ਉਗਾਈ ਤਾਂ ਦਵਾਂਗੇ ਤੁਹਾਨੂੰ ਅਸੀਂ ਤੇ ਕਿਸਾਨਾਂ ਤੋਂ ਸਹਿਯੋਗ ਮੰਗਿਆ ਪਾਣੀ ਖਤਮ ਹੋ ਰਿਹਾ 100 ਦੇ ਕਰੀਬ ਜਿਹੜੇ ਬਲਾਕ ਹੈਗੇ ਨੇ ਡਰਕ ਜੋਨ ਪਹੁੰਚ ਚੁੱਕੇ ਆ ਤੇ ਜਿਹੜਾ ਪਾਣੀ 300-400 ਫੁੱਟ ਤੇ ਮਿਲਣ ਲੱਗਿਆ ਪੰਜਾਬ ਦੇ ਵਿੱਚ ਇਹ ਗੱਲ ਸੱਚੀ ਆ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਪੰਜਾਬ ਦੀ 5 ਦਰਿਆਵਾਂ ਦੀ ਧਰਤੀ ਜਿਹੜੀ ਹੈਗੀ ਉਹ ਪਾਣੀ ਤੋਂ ਗਿਰਦੀ ਹੋਣ ਜਾ ਰਹੀ ਹੈ ਭਗਵੰਤ ਮਾਨ ਸਾਹਿਬ ਦਾ ਇਹ ਸ਼ਾਇਦ ਮੰਨਣ ਕਿਸਾਨ ਤਾਂ ਵਧੀਆ ਗੱਲ ਹੈ ਚਲੋ ਕਿਸਾਨਾਂ ਦਾ ਆਪਣੀ ਮਰਜ਼ੀ ਅੱਜ ਕੱਲ੍ਹ ਉਹ ਮਨ ਮਰਜ਼ੀ ਕਰਦੇ ਆ ਧਰਨੇ ਲਾ ਕੇ ਬਹਿ ਜਾਂਦੇ ਆ ਤੇ ਭਗਵੰਤ ਮਾਨ ਨਾਲ ਹੀ ਨਾਲ ਇੱਕ ਗੱਲ ਹੋਰ ਕਹੀ ਆ ਸਵਾਲ ਜਵਾਬ ਕਰਦੇ ਕਰਦੇ ਕਿ ਅਸੀਂ ਪੰਜਾਬ ਦੇ ਵਿੱਚ ਇਹੋ ਜਿਹਾ ਸਿਸਟਮ ਪੇਸ਼ ਕਰਨ ਜਾ ਰਹੇ ਹਾਂ ਜਿਸ ਸਿਸਟਮ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਰਾਜ ਚੱਲਦਾ ਰਿਹਾ ਪਿਛਲੀ ਸਰਕਾਰਾਂ ਦੌਰਾਨ ਉਹ ਅਸੀਂ ਖਤਮ ਕਰ ਦਿਆਂਗੇ ਮਾਫੀਆ ਮੁਕਤ ਹੋ ਜਾਏਗਾ ਪੰਜਾਬ ਕੋਈ ਕੋਈ ਕਮੇਟੀਆਂ ਬਣ ਰਹੀਆਂ ਨੇ ਕੋਈ ਕ੍ਰਿਮੀਨਲ ਜਿਹੜਾ ਅਗੇਂਸਟ ਕ੍ਰਾਈਮ ਅਗੇਂਸਟ ਜਿਹੜੇ ਫਰੰਟ ਬਣ ਰਹੇ ਨੇ ਸਰਕਾਰ ਦੇ ਉਹ ਉਹਨਾਂ ਦੇ ਤਹਿਤ ਮੇਰੇ ਖਿਆਲ ਚ ਕੋਈ ਉਹਨਾਂ ਦਾ ਵੀਜ਼ਨ ਹੈਗਾ ਸ਼ਾਇਦ ਉਹ ਇਸ ਤਰ੍ਹਾਂ ਕਰਨ ਵੱਲ ਬਦਲੇ ਨੇ ਕਹਿੰਦੇ ਚੰਗੀ ਨੀਤ ਹੈਗੀ ਆ ਚੰਗੀ ਨੀਤ ਅੱਧਾ ਕੰਮ ਹੋ ਜਾਂਦਾ ਪਹਿਲਾਂ ਹੀ ਪਰ ਮਾਫੀਆ ਨੂੰ ਕਾਬੂ ਕਰਨਾ ਪੰਜਾਬ ਨੂੰ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਮਾਫੀਆ ਨੂੰ ਪੰਜਾਬ ਦੇ ਵਿੱਚ ਕਾਬੂ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈਗਾ ਬਹੁਤ ਵੱਡਾ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਮਾਫੀਆ ਕਦੇ ਖਤਮ ਨਹੀਂ ਹੋ ਸਕਦਾ ਖਤਮ ਹੋਣਾ ਬੜਾ ਮੁਸ਼ਕਲ ਹੈਗਾ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਮਾਫੀਆ ਨਹੀਂ ਖਤਮ ਹੋ ਸਕਦਾ ਛੁਰਲੀਆਂ ਛੱਡਣੀਆਂ ਬਿਆਨ ਦੇਣੇ ਰਾਜਨੀਤਿਕ ਲੋਕਾਂ ਦਾ ਧਰਮ ਹੈ ਉਹ ਧਰਮ ਨਿਭਾ ਰਹੇ ਨੇ ਪਰੰਤੂ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਮਾਫੀਆ ਨਹੀਂ ਖਤਮ ਹੋ ਸਕਦਾ ਮਾਫੀਆ ਦੀ ਇੱਕ ਤਰ੍ਹਾਂ ਦੀ ਵਰਾਇਟੀ ਨਹੀਂ ਹੈ ਬੜਾ ਤਰ੍ਹਾਂ ਦਾ ਮਾਫੀਆ ਮੈਂ ਐਜੂਕੇਸ਼ਨ ਮਾਫੀਆ ਦੀ ਗੱਲ ਕੀਤੀ ਹੈ ਹਾਂਜੀ ਦੁਕਾਨਦਾਰਾਂ ਦਾ ਵੀ ਮਾਫੀਆ ਹੈ ਲੱਗੀਆਂ ਠੱਗੀਆਂ ਵਾਲਾ ਮਾਫੀਆ ਮਾਈਨਿੰਗ ਮਾਫੀਆ ਡਰੱਗ ਮਾਫੀਆ ਪੱਤਰਕਾਰ ਮਾਫੀਆ ਪੱਤਰਕਾਰ ਮਾਫੀਆ ਲੀਡਰ ਮਾਫੀਆ ਫਿਰ ਮਾਫੀਆ ਮੁਕਤ ਨਹੀਂ ਹੋ ਸਕਦਾ ਚਲੋ ਠੀਕ ਹੈ ਸੁਪਨਾ ਲਿਆ ਭਗਵੰਤ ਮਾਨ ਉਹਨਾਂ ਦੇ ਸਰਕਾਰ ਹੋਵੇ ਕਹਿ ਸਕਦੇ ਹਾਂ ਚੰਗੀ ਸੋਚ ਸੋਚਦੇ ਨੇ ਚੰਗੇ ਬਿਆਨ ਦਿੰਦੇ ਨੇ ਅਤੇ ਚਲੋ ਚੰਗਾ ਕੁਝ ਬਣ ਕੇ ਵੀ ਦਿਖਾਉਣ ਸੁਖਬੀਰ ਬਾਦਲ ਵਫਦ ਲੈ ਕੇ ਪੁੱਜੇ ਨੇ ਰਾਜਪਾਲ ਦੇ ਦੁਆਰ ਹਾਂਜੀ ਕਿਹਾ ਪਟਿਆਲਾ ਹਿੰਸਾ ਪਿੱਛੇ ਸਰਕਾਰ ਦਾ ਹੀ ਹੱਥ ਹੋ ਸਕਦਾ ਪਰ ਤਾਰਾਂ ਤਾਂ ਕਿਤੇ ਹੋਰ ਹੀ ਜੁੜਦੀਆਂ ਨਜ਼ਰ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਕਮਲਾ ਸਾਹਿਬ ਸੁਖਬੀਰ ਬਾਦਲ ਨਾ ਅੱਜ ਕੱਲ੍ਹ ਜਿਹੜਾ ਹੈਗਾ ਨਾ ਜੀ ਬਿਆਨ ਕੁੱਝ ਕਈ ਵਾਰੀ ਅੱਠ ਫੜੇ ਜਾਂਦੇ ਆ ਕਈ ਵਾਰੀ ਚੰਗੇ ਬਿਆਨ ਦਿੰਦੇ ਆ ਕਈ ਵਾਰੀ ਕਹਿ ਦਿੰਦੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਥ ਇੱਕ ਝੰਡੇ ਦਾ ਇਕੱਠਾ ਹੋ ਜਾਵੇ ਅੱਛੀ ਗੱਲ ਹੈ ਤੇ ਉਹਨਾਂ ਦਾ ਸੁਪਨਾ ਮਿਲ ਕੇ ਵਧੀਆ ਗੱਲ ਆ ਹੋਣਾ ਚਾਹੀਦਾ ਪੰਜਾਬੀ ਪਾਰਟੀ ਦਾ ਤੇ ਕਈ ਵਾਰੀ ਕੱਲ੍ਹ ਰਾਜਪਾਲ ਸਾਹਿਬ ਕੋਲ ਗਏ ਨੇ ਜੀ ਇੱਕ ਤਾਂ ਉਹਨਾਂ ਨੇ ਡਿਮਾਂਡ ਰੱਖੀ ਆ ਕਿ ਜਿਹੜਾ ਇਹਨਾਂ ਨੇ ਨਾ ਗਿਆਨ ਆਦਾਨ ਪ੍ਰਦਾਨ ਕਰਨ ਦਾ ਸਮਝੌਤਾ ਕੀਤਾ ਦਿੱਲੀ ਸਰਕਾਰ ਦੇ ਨਾਲ ਉਹ ਨੂੰ ਰੱਦ ਕੀਤਾ ਜਾਵੇ ਤੇ ਇਹ ਸੰਦਰਭ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਵੈਸੇ ਕੱਲ ਉਹ ਮਜੀਠੀਆ ਸਾਹਿਬ ਕੋਲ ਵੀ ਆਏ ਸੀਗੇ ਪਟਿਆਲਾ ਜੇਲ੍ਹ ਦੇ ਵਿੱਚ ਉੱਥੇ ਵੀ ਮਜੀਠੀਆ ਸਾਹਿਬ ਦੇ ਵੀ ਹਾਰ ਸਾਲ ਲਈ ਆ ਉਹਨੇ ਮਜੀਠੀਆ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਤੇ ਪਰ ਨਾਲ ਹੀ ਉਹ ਰਾਜਪਾਲ ਕੋਲ ਪਹੁੰਚੇ ਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜਾ ਪਟਿਆਲਾ ਹਿੱਸਾ ਹੋਈ ਆ ਨਾ ਜਿਹੜਾ ਪਟਿਆਲੇ ਦੇ ਵਿੱਚ ਦੋ ਧੜਿਆਂ ਵਿੱਚ ਹਿੱਸਾ ਹੋਈ ਆ ਉਹਦੇ ਵਿੱਚ ਪੰਜਾਬ ਦੀ ਸਰਕਾਰ ਦਾ ਵੀ ਹੱਥ ਹੋ ਸਕਦਾ ਮਤਲਬ ਕਿ ਮੈਂ ਹੈਰਾਨ ਹਾਂ ਵੀ ਇਹਨਾਂ ਨੇ ਰਾਜ ਕੀਤਾ ਇੰਨੀ ਦੇਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਵੀ ਇਹ ਕੀ ਇਹ ਹਿੱਸਾ ਕਰਾਉਂਦੇ ਸੀ ਪੰਜਾਬ ਦੇ ਵਿੱਚ ਪਹਿਲਾਂ ਇਹਦਾ ਰਾਜ ਵਿੱਚ ਵੀ ਤਾਂ ਜਿਹੜਾ ਗਊਆਂ ਦੀ ਪੁੱਛਾਂ ਗਿਰਦੀਆਂ ਰਹੀਆਂ ਦੇਵੀ ਦੇ ਮੰਦਿਰ ਦੇ ਵਿੱਚ ਬੜਾ ਗਲਤ ਕੰਮ ਹੁੰਦਾ ਸੀਗਾ ਉਹ ਕਿੱਦਾਂ ਉਹ ਹਿੱਸਾ ਆਪ ਕਰਾਉਂਦੇ ਸੀ ਇਹਦਾ ਮਤਲਬ ਇਹ ਕਿਉਂ ਕੋਈ ਸਰਕਾਰ ਆਪਣੀ ਸਰਕਾਰ ਨੂੰ ਸੁੱਟਣ ਵਾਸਤੇ ਇਹਦਾ ਗੇਰਨ ਵਾਸਤੇ ਹਿੱਸਾ ਕਰਾਵੇਗੀ ਕਿਉਂਕਿ ਸਰਕਾਰ ਗਿਰਨ ਲੱਗੀ ਚਾਹਵਾ ਸਰ ਇੱਕ ਵਾਰੀ ਸਰਕਾਰ ਟੁੱਟਣ ਲੱਗੀ ਸੀ ਬੜਾ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵ ਗਿਆ ਸੀਗਾ ਮਹੀਨੇ ਬਾਅਦ ਹੀ ਕਰਫਿਊ ਲੱਗਿਆ ਪੰਜਾਬ ਦੇ ਵਿੱਚ ਜੀ ਆਪਣੇ ਆਪ ਤੋਂ ਬਹੁਤ ਵੱਡਾ ਕਾਰਨ ਸੀਗਾ ਜੀ ਤੇ ਇਸ ਸੰਦਰਭ ਵਿੱਚ ਸੁਖਬੀਰ ਬਾਦਲ ਤੇ ਹੋ ਸਕਦਾ ਸਰਕਾਰ ਦੀ ਹੱਥ ਹੀ ਹੋਵੇ ਇੱਥੇ ਹੁਣ ਸਮਝ ਆਉਂਦੀ ਵੀ ਬਿਆਨ ਵਿੱਚ
ਐਡਾ ਵੱਡਾ ਲੀਡਰ ਹੈ ਚਾਵਲਾ ਸਾਹਿਬ, ਉਹਨੂੰ ਹਰ ਗੱਲ ਤੋੜ ਕੇ ਨਾਪ ਕੇ ਕਰਨੀ ਚਾਹੀਦੀ ਸੁਨੀਲ ਬਾਦਲ ਜੀ ਜੀ, ਪਰ ਪਤਾ ਨੀ ਕਿਉਂ ਕਈ ਗੱਲਾਂ ਐਸੀਆਂ ਕਰ ਜਾਂਦੇ ਨੇ ਉਹ। ਤੇ ਮੈਂ ਕੋਈ ਆਮ ਆਦਮੀ ਪਾਰਟੀ ਦਾ ਪੱਖੀ ਨੀ ਹੈਗਾ, ਪਰ ਇੱਕ ਗੱਲ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਵੀ ਇਹ ਬਿਆਨ ਜੱਚਦਾ ਨੀ ਹੈ, ਅਖਬਾਰਾਂ ਚ ਬਿਆਨ ਲੱਗਿਆ ਇਹ ਬਿਆਨ ਇੱਕ ਐਡੇ ਵੱਡੇ ਲੀਡਰ ਦੇ ਮੂੰਹੋਂ ਜੱਚਦਾ ਨੀ ਹੈ, ਇਸ ਕਰਕੇ ਥੋੜਾ ਜਿਹਾ ਮੈਨੂੰ ਅਤਪੜਾ ਜਿਹਾ ਲੱਗਿਆ ਚਾਵਲਾ ਸਾਹਿਬ ਜੀ। ਔਰ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਰਨ ਕਰ ਰਹੀ ਹੈ, ਉੱਥੇ ਅਕਾਲੀ ਦਲ ਜਿਵੇਂ ਆਪਣੀ ਰੰਗ ਦਿਖਾ ਰਹੇ ਨੇ, ਉਸੇ ਤਰ੍ਹਾਂ ਬੀਜੇਪੀ ਕਹਿੰਦੇ ਤਾਏ ਦੀ ਧੀ ਚੱਲੀ ਮੈਂ ਕੋ ਰਹਾਂ ਇਕੱਲੀ। ਹਾਂਜੀ, ਤਿੰਨ ਪਾਰਟੀਆਂ ਨੇ ਬੀਜੇਪੀ, ਕਾਂਗਰਸ, ਅਜੇ ਦੂਜੀਆਂ ਖੇਤਰੀ ਪਾਰਟੀਆਂ ਛੋਟੀਆਂ ਨੇ, ਉਹ ਅਜੇ ਕਿਤੇ ਉਹਨਾਂ ਨੂੰ ਮਾੜਾ ਮੋਟਾ ਕੋਈ ਸ਼ੈ ਮਿਲੇਗੀ ਤਾਂ ਫਿਰ ਤੁਰਨਗੀਆਂ ਵੀ ਆਪਾਂ ਵੀ ਚੱਲਣਾ, ਆਪਣੇ ਭਾਈ ਬੰਧੂ ਚੱਲੇ ਨੇ ਆਪਾਂ ਵੀ ਚੱਲੀਏ। ਆਮ ਆਦਮੀ ਪਾਰਟੀ ਨੂੰ ਘੇਰਾ ਪਾਉਣ ਵਾਸਤੇ ਪੰਜਾਬ ਦੇ ਵਿੱਚ ਤਿੰਨ ਪਾਰਟੀਆਂ, ਭਾਵਾਂ ਕਿ ਕਾਂਗਰਸ ਖੇਰੂ ਖੇਰੂ ਹੋਈ ਫਿਰਦੀ ਹੈ ਜੀ, ਆਮ ਆਦਮੀ ਪਾਰਟੀ ਨੂੰ ਘੇਰਨ ਵਾਸਤੇ ਬੀਜੇਪੀ, ਅਤੇ ਆਮ ਆਦਮੀ ਨੂੰ ਘੇਰਨ ਵਾਸਤੇ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੇ ਕਮਰ ਕਸੇ ਕਸਿਆ ਹੋਇਆ ਹੈ। ਪੰਜਾਬ ਦੀ ਬੀਜੇਪੀ ਸੜਕਾਂ 'ਤੇ ਆ ਗਈ ਹੈ, ਮੁਫ਼ਤ ਬਿਜਲੀ 'ਤੇ ਲਗਾਈ ਸ਼ਰਤ ਨੂੰ ਹਟਾਉਣ ਦੀ ਮੰਗ। ਕੱਲ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਨਾ ਵੱਖ ਵੱਖ ਥਾਵਾਂ ਉੱਤੇ ਧਰਨੇ ਮੁਜ਼ਾਹਰੇ ਹੋਏ ਨੇ ਚਾਵਲਾ ਸਾਹਿਬ ਸੜਕਾਂ 'ਤੇ ਆਏ ਬੀਜੇਪੀ। ਉਹਨਾਂ ਨੇ ਇਹ ਜਿਹੜਾ ਕਿ ਨਾ ਰੱਖੀ ਹੈ ਸ਼ਰਤ ਰੱਖੀ ਹੈ ਨਾ, ਜੋ ਪੰਜਾਬ ਦੇ ਵਿੱਚ 600 ਯੂਨਿਟ ਜੇਕਰ ਕਿਸੇ ਜਿਹੜਾ ਕਿ ਇਨਕਮ ਟੈਕਸ ਦੀ ਰਿਟਰਨ ਭਰਦਾ ਬੰਦਾ, ਭਾਵੇਂ ਉਹ ਸਟੂਡ ਕਾਸਟ ਹੈ ਅਤੇ ਜਿਹੜੇ ਜਰਨਲ ਹੈਗੇ ਆ, ਅਤੇ ਉਹਨਾਂ ਨੂੰ 600 ਯੂਨਿਟ ਤੋਂ ਬਾਅਦ ਜੇਕਰ 1 ਯੂਨਿਟ ਵੱਧ ਉਹਨਾਂ ਦਾ ਬਿੱਲ ਆ ਜਾਂਦਾ ਤਾਂ 601 ਯੂਨਿਟ ਦਾ ਉਹਨਾਂ ਨੂੰ ਬਿੱਲ ਭਰਨਾ ਪੈਣਾ। ਅਤੇ ਪਰ ਜਿਹੜੇ ਸਟੂਡ ਕਾਸਟ ਹੈਗੇ ਆ, 1 ਕਿਲੋ ਵਾਟ ਦਾ ਉਹਨਾਂ ਦਾ ਲੋਡ ਹੈਗਾ ਅਤੇ ਉਹਨਾਂ ਦਾ 600 ਯੂਨਿਟ ਦਾ ਜੇਕਰ ਬਿਜਲੀ ਦਾ 1 ਆਉਂਦੀ ਹੈ, 601 ਬਿਜਲੀ ਦਾ ਬਿੱਲ ਆਉਂਦਾ ਤਾਂ ਉਹਨਾਂ ਨੂੰ 1 ਯੂਨਿਟ ਦਾ ਬਿੱਲ ਹੀ ਆਏਗਾ, 600 ਯੂਨਿਟ ਮਾਫ਼ ਹੋ ਜਾਂਦੀਆਂ। ਇਹ ਸ਼ਰਤ ਹੈਗੀ ਆ ਆਮ ਆਦਮੀ ਪਾਰਟੀ ਸਰਕਾਰ ਦੀ। ਇਹ ਸ਼ਰਤ ਨੂੰ ਹਟਾਉਣ ਵਾਸਤੇ ਬੀਜੇਪੀ ਦੀ ਜਿਹੜੀ ਕਿ ਪੰਜਾਬ ਦੀ ਇਕਾਈ ਆ, ਉਸ ਨੇ ਵੱਖ ਵੱਖ ਥਾਵਾਂ ਤੇ ਪ੍ਰੋਟੈਸਟ ਕੀਤੇ ਆ। ਉਹ ਕਹਿੰਦੇ ਆ ਵੀ ਇਹ ਸ਼ਰਤ, ਹੁਣ ਇਹ ਤੁਸੀਂ ਇਹ ਸ਼ਰਤਾਂ ਲਾ ਲਾ ਕੇ ਨਾ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ। ਅਸੀਂ ਤਾਂ ਵਾਅਦਾ ਕੀਤਾ ਸੀ 600 ਯੂਨਿਟ ਬਿਜਲੀ ਅਸੀਂ ਫ੍ਰੀ ਦੇਵਾਂਗੇ, 600 ਯੂਨਿਟ ਫ੍ਰੀ ਦੇਣ ਦੀ ਕਿਹਨੇ ਮਿਲਣੀ ਸੀ। ਉਹ ਵਾਅਦਾ ਤੁਸੀਂ ਪੂਰਾ ਕਰੋ, ਸ਼ਰਤਾਂ ਕੀ ਲਾ ਰਹੇ ਹੋ, ਇਹ ਲੋਕਾਂ 'ਚ ਵੱਡੀਆਂ ਪਾਉਣ ਲੱਗੇ। ਬਿਲਕੁਲ ਤੁਸੀਂ ਚਾਹੇ ਉਹ ਟੈਕਸ ਭਰਦਾ ਚਾਹੇ ਨਹੀਂ ਭਰਦਾ, ਔਰ ਕਈ ਇਹੋ ਜਿਹੇ ਨੇ ਕਿ ਉਹਨਾਂ ਨੇ ਚੋਰੀਆਂ ਕੀਤੀਆਂ ਹੋਈਆਂ ਨੇ, ਆਪਣੇ ਕਾਰਡ ਬਣਾਏ ਹੋਏ ਨੇ, ਧਨਾਟ ਬੰਦੇ ਜਿਹੜੇ ਨੇ ਉਹ ਹੈਰਾਨ ਰਹਿ ਜਾਂਦਾ ਮੈਂ ਸੁਣ ਕੇ ਜਦੋਂ ਜਾਈਦਾ ਕਿ ਫਲਾਣਾ ਵੀ ਕਣਕ ਲੈ ਕੇ ਜਾਂਦਾ ਜੀ, ਫਲਾਣਾ ਵੀ ਕਣਕ ਲੈ ਕੇ ਆਉਂਦਾ, ਕਣਕ ਖਾਂਦਾ ਨਹੀਂ ਵੇਚ ਦਿੰਦਾ ਪੈਸੇ ਬਣਾ ਲੈਂਦਾ, ਫਲਾਣਾ ਵੀ ਜ਼ਮੀਨ ਜਾਇਦਾਦਾਂ ਵਾਲੇ ਕੋਠੀਆਂ ਵਾਲੇ ਕਾਰਡ ਬਣਾਏ ਹੋਏ ਆ। ਅੱਛਾ, ਜੇ ਤੁਸੀਂ ਦੇ ਰਹੇ ਹੋ 600 ਯੂਨਿਟ ਫ੍ਰੀ, ਤੁਹਾਡਾ ਵਾਅਦਾ ਸੀ 600 ਯੂਨਿਟ, ਕੀ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ 600 ਯੂਨਿਟ ਦੇਣਾ, ਜੇ 601 ਹੋ ਗਿਆ ਤਾਂ 601 ਦੇ ਪੈਸੇ ਪੂਰੇ ਲੈਣੇ ਆ? ਜੇ ਤੁਸੀਂ ਕਿਸੇ ਨੂੰ ਪੁੱਛੋਗੇ ਤਾਂ ਤੁਹਾਡੇ ਗਲ ਪੈ ਜਾਣਗੇ, ਇਹ ਕਹਿਣਗੇ 70 ਸਾਲ ਤੋਂ ਤੁਸੀਂ ਸਵਾਲ ਨਹੀਂ ਕੀਤੇ, ਪਰ ਇਸ ਮੰਚ ਦੇ ਉੱਤੇ 1997 ਤੋਂ ਅਕਾਲੀ ਹੋਵੇ, ਭਾਜਪਾ ਹੀ ਹੋਵੇ, ਕਾਂਗਰਸੀ ਹੋਵੇ, ਡਜ਼ਨਟ ਮੈਟਰ ਕੋਈ ਵੀ ਹੋਵੇ, ਹੁਣ ਸਾਡੇ ਇੱਥੇ ਪ੍ਰੋਵਿੰਸ਼ਨ ਚੋਣਾਂ ਨੇ, ਉਹਨਾਂ ਦਾ ਵੀ ਅਸੀਂ ਸੈਗਮੈਂਟ ਸ਼ੁਰੂ ਕਰਨਾ, ਚਾਹੇ ਇੱਥੋਂ ਦੀ ਲਿਬਰਲ ਹੋਵੇ, ਕੰਜ਼ਰਵੇਟਿਵ ਹੋਵੇ, NDP ਹੋਵੇ, ਅਸੀਂ ਸਵਾਲ ਉਵੇਂ ਹੀ ਕੀਤੇ ਨੇ। ਸਾਨੂੰ ਨਹੀਂ ਤੁਸੀਂ ਕਹਿ ਸਕਦੇ ਕਿ 70 ਸਾਲ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ, ਅਸੀਂ ਪੁੱਛਿਆ ਇੱਥੋਂ ਸਾਡੀਆਂ ਜਿਹੜੀਆਂ ਨੇ ਇਸ ਮੰਚ ਤੋਂ ਇੰਟਰਵਿਊ ਛੱਡ ਕੇ ਭੱਜਣ ਵਾਲੇ ਬੰਦਿਆਂ ਦੇ ਵੀ ਨਾਂ ਯਾਦ ਨੇ, ਪਾਣੀ ਪਿਆ ਪਿਆ ਕੇ ਇੰਟਰਵਿਊ ਕੀਤੀਆਂ ਨੇ, ਚਾਹੇ ਉਹ ਅਕਾਲੀ, ਕਾਂਗਰਸੀ ਅਤੇ ਚਾਹੇ ਕੋਈ ਵੀ ਹੋਵੇ। ਕੀ ਤੁਸੀਂ 601 ਬਾਰੇ ਕਿਹਾ ਸੀ? ਪੁੱਛੋ ਹਾਂ ਕਿਸੇ ਨੂੰ, ਗੱਲ ਨਹੀਂ ਆਉਣੀ, ਟੁੱਟ ਕੇ ਤੁਹਾਡੇ ਗਲ ਪੈ ਜਾਣਗੇ। ਇਸੇ ਕਰਕੇ ਉਹ ਕਹਿੰਦੇ ਕਿ ਅਸੀਂ ਮਨ ਕੀ ਬਾਤ ਨੂੰ ਫੋਲੋ ਕਰਨਾ, ਮੀਡੀਆ ਦੇ ਸਾਹਮਣੇ ਆ ਕੇ ਭਗਵੰਤ ਮਾਨ ਨਹੀਂ ਬੋਲੇਗਾ। ਭਗਵੰਤ ਮਾਨ ਲੋਕਾਂ 'ਤੇ ਵਿਅੰਗ ਕਰ ਸਕਦਾ ਸੀਗਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ, ਪਰ ਆਪ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਪੰਜਾਬ ਦੀ ਬੀਜੇਪੀ ਜੇ ਸੜਕਾਂ 'ਤੇ ਆਈ ਹੈ ਤਾਂ ਸਹੀ ਹੈ, ਇਹ ਮੁਫ਼ਤ ਬਿਜਲੀ ਦੇ ਲਗਾਈ ਸ਼ਰਤ ਨੂੰ ਹਟਾਓ, ਜੇ ਤੁਸੀਂ 600 ਯੂਨਿਟ ਦੇਣਾ, ਜੇ ਅਗਲਾ 602 ਬਾਲਦਾ ਜਾਂ 650 ਬਾਲਦਾ ਤਾਂ 50 ਯੂਨਿਟ ਦੇ ਪੈਸੇ ਲਓ, ਤਰਾਜੂ ਬਰਾਬਰ ਰੱਖੋ। ਤੁਹਾਨੂੰ ਇਕੱਲੇ ਸਿਰਫ SC ਵੋਟਾਂ ਨਹੀਂ ਪਈਆਂ, ਤੁਹਾਨੂੰ ਸਾਰਿਆਂ ਨੇ ਵੋਟਾਂ ਪਾਈਆਂ ਨੇ, ਜੇ ਮੈਂ ਗਲਤ ਹਾਂ ਤਾਂ ਦੱਸ ਦਿਓ, ਕਿਉਂ ਕੀ ਦੱਸਾਂ? ਬਿਲਕੁਲ ਸਾਰਿਆਂ ਨੇ ਵੋਟ ਤਾਂ ਲੋਕਾਂ ਨੇ ਉਹਨੂੰ ਭਜਿਆ ਨਾ, ਆਮ ਆਦਮੀ ਪਾਰਟੀ ਦੇ ਸਾਰਿਆਂ ਦਾ ਹੱਕ ਬਣਦਾ ਜਿਹੜਾ ਕਿ ਹੈਗੀ ਜੀ। ਜੀ, ਪੰਚਾਇਤੀ ਜ਼ਮੀਨਾਂ ਛੁਡਵਾਈਆਂ ਜਾ ਰਹੀਆਂ ਨੇ, ਔਰ ਪਿੱਛੇ ਦੇ ਹੁਣ ਕਾਫੀ ਕਸ਼ਮਕਸ਼ ਹੋਣੀ ਆ ਪਿੰਡਾਂ ਦੇ ਵਿੱਚ, ਧਨਾਡਾਂ ਨੇ ਸ਼ਹਿਰ ਦੇ ਉੱਤੇ ਜਿਹੜਾ ਹੈ
वो जमीन जायदाद छप्पड़ बन जिहड़े ने महल्ले हुंदे ने और पंचायती जमीन चुनाउण पिछे संग्राम विरोधी ने कहा है कि सरकार दलित विरोधी होगी। हुण दलित विरोधी किवें होगी? असल च ना उन्होंने ना जी सुनील जाखड़ पिछले दिनों के दलितों के विरुद्ध टिप्पणी करके काफी उलझ गए थे उन्होंने तो सारे अहदे जिहड़े अहदे उहदे कोल कोई अहदा भी नहीं सीगा सरकार ने सॉरी कांग्रेस ने पाकिस्तान पार्टी ने वापस ले ली थी। सुनील जाखड़ होरां का बयान आया कि रिजर्वेशन के तहत दलितों जी पंचायती जमीन का 25% हिस्सा मिलता हूँ तुम जमीन छुड़ा रहे हो तो जमीन छुड़ाने के रिजर्वेशन खत्म कर रहे हो तो इस करके रिजर्वेशन के तहत दलितों जमीन मिलनी चाहिए है। यह जमीन दलितों की हैगी पंजाब के 25% शामिल से दलितों का हक हैगा यह गल सुनील जाखड़ आखी जाते हैं। इधर बलद कलां के कल काफी रौला पिया चलता सब कल ना उसे बोली होनी थी जी के जमीन होंगी स्टूड कास्ट की उन्हों की बोली होनी पहला भी वो खेती सांझी खेती करते हैं ते कल लोग काफी झगड़ा उत्थे हो गया पुलिस वाल पहुंच गई बोली नहीं हो सकी तो हुण ये गेम चल रही है कि साडे जी रिजर्वेशन दिओ जी इदां दी गेम चला के ना जी ते इस संदर्भ विच सरकार नूं विरोधी घेरन लगे हुए आ। सरकार अपने तरीके नाल काम कर रही है ते उन्होंने वख वख थावां उत्ते जमीन चलाई आ बड़ा वड्डा माफिया लैंड माफिया बड़ा वड्डा हैगा ते उस नूं अपने तरीके नाल घेर रही है पर सरकार कई कई थावां ते ना कुछ लोगों तो जमीन छुड़ा के उन्होंने बड़िया भी रही है। एक बंदे ने पिछले 60 सालों से जमीन से कब्जा किया 40-42 एकड़ जमीन थी हूँ 60-62 सालों तो उन्हें कब्जा किया छुड़ाया तो इन्होंने 60-62 सालों का नहीं देखा कोई भी पिछे कि पैसा किन्नी जमीन इन्हें किन्ना कणक झोना उगाया किनिया फसल उगाइया किन्ना काम कराया धनाड़ सरदार सगों उ गए कुलदीप सिंह धालीवाल साहब उन्होंने घरे शुक्रिया थोड़ा जी थोड़े पल्ले भी दाने पाने से धन्यवाद तुम जमीन छड़ दी है जबकि धनाड़ जमीन छड़न का सगों मुआवजा लाना चाहिए यदि तुम जंगल के दरख्त बढ़ के जंगल के रुख बढ़ के 40 एकड़ जंगल तुम तबाह करके उसे फसल बीजन लग पे वो नहीं सरकार बढ़ाने भी लगी हुई उधरले पास जमीन छुड़ाने का खैर वधिया काम पर सरकार जमीन छुड़ा के ना धनाडा के पल्ले भी दाने पाने लगी है। चलो जमीन के नाल कोठियां भी खाली कराने लगे चंगा काम है। बीबी रजिंदर कौर भट्ठल ने 25 साल बाद बड़े मायूस होकर तेरे कूचे से हम निकले खाली की सरकारी कोठी यदि शाबाश हो रही है जी भगवंत मान के जरा कामकार के तरीके लैके प्रशंसा हो रही है। चलो की कहना चाहो प्रशंसा कल पट्ठल मैडम ने ना असल च कोठी छी है ना जी उत्थे नाल दी नाले बुलाले जी वो जे इन्हों के होंगे ना जी वो अधिकारी वो कहते जी मैं नो ड्यू दो जी तुम कोठी का जी भी थोड़े को सारा चेक कर लो सारा समान थोड़ा पिया कि नहीं पिया कहते कहते मुड़के ना कहो कि बीबी बीबी लै गई शोभा चक के बीबी सोफा ला गई बीबी लाटू ला के ला गई बीबी उतो कोई चंगी चीज जी एंटीक आइटम पे सी पुरानी ला गई है चंगा काम किया उन्होंने। चलो जाना तो सीगा खैर एनीवे कॉलर ने मेरे नाल कॉल लै लिए पंजाब दे सरकारी स्कूल पता लगा कि डबल शिफ्ट पर चलणगे पंजाब दा यह सरकार दा फैसला है डबल शिफ्ट दे च की होवेगा ये जानना चाहवांगे तुहाडे कोलों परंतु कॉलर ने वेलकम जी स्वागत है जी आनू सत श्री अकाल चावला साहब सत श्री अकाल किदा साहब जी सत श्री अकाल ਚਾਵਲਾ ਇੱਕ ਆਪਣੇ ਕਿੱਦਾਂ ਸਾਹਿਬ ਉਹਨਾਂ ਬਾਰੇ ਦੱਸਿਓ ਜਿਹੜੇ ਆਪਣੇ ਇੱਕ ਕੋਈ ਸਾਬਕਾ IAS ਆਫੀਸਰ ਸੀਗੇ ਜਿਹੜੇ 87 ਤੋਂ ਨੱਪੀ ਬੈਠੇ ਸੀ ਉਹਨਾਂ ਦੀ ਡੈਥ ਵੀ ਹੋ ਗਈ ਸੀਗੀ ਰਿਟਾਇਰ ਹੋਣ ਦੇ ਬਾਅਦ ਚ ਉਹਨਾਂ ਦੇ ਫਿਰ ਪਰਿਵਾਰ ਨੱਪੀ ਬੈਠਾ ਸੀ ਉਹਨਾਂ ਤੋਂ ਵੀ ਛੜਾਈ ਹੈ ਜੀ ਅਕਲ 22 ਏਕੜ ਛੜਾਈ ਜੀ 22 ਏਕੜ ਜਮੀਨ ਤੱਕ ਚਾਹੀਦਾ ਜੀ ਕਰ ਛੜਾਈ ਜੀ ਠੀਕ ਹੈ ਜੀ ਚਲੋ ਸਾਬਕਾ IAS ਦੇ ਪਰਿਵਾਰ ਤੋਂ ਬਰਾਬਰ ਚੱਲੇ ਜੀ ਫਿਰ ਜੇ ਚੱਲਣਾ ਤੇ ਟਰੈਕਟਰ ਹੈ ਫਿਰ ਤਾਂ ਮਜ਼ਾ ਆਉਂਦਾ ਇਹ ਚਾਵਲਾ ਸਾਹਿਬ ਗੱਲ ਇਹ ਹੈ ਜੀ ਵੀ ਚਲੋ ਗੱਲ ਤਾਂ ਬਹੁਤ ਚੰਗੀ ਜੀ ਤੇ ਸ਼ਲਾਘਾ ਕਰਨੀ ਬਣਦੀ ਉੱਥੇ ਬਣਦੀ ਹੈ ਜੀ ਬਹੁਤ ਚੰਗਾ ਉਪਰਾਲਾ ਵਾ ਪਰ ਥੋੜਾ ਜਿਹਾ ਇਦਾਂ ਕਾ ਵੀ ਹੁਣ ਲੈ ਕੇ ਗਾਂ ਕਿਤੇ ਉਹ ਨਾ ਹੋਵੇ ਵੀ ਆਪਣੀ ਰਿਉੜੀਆਂ ਵੰਡ ਦੋ ਓਹੋ ਸਿਆਣੀ ਗੱਲ ਕੀਤੀ ਤੁਸੀਂ ਅੰਨਾ ਮੰਡੇ ਰਿਉੜੀਆਂ ਦੇ ਮੁੜ ਮੁੜ ਆਪਣੇ ਨੂੰ ਦੇ ਕੇ ਤੇ ਉੱਥੇ ਖੋ ਗਏ ਆਪਣਿਆਂ ਨੂੰ ਨਹੀਂ ਦੇਣੇ ਆ ਇਹ ਵੀ ਸਹੀ ਗੱਲ ਤੁਹਾਡੀ ਬਿਲਕੁਲ ਸਹੀ ਥੈਂਕ ਯੂ ਵੈਰੀ ਮੱਚ ਸੋ ਨਾਈਸ ਹੋ ਜੀ। ਅੱਛਾ ਪੰਜਾਬ ਦੇ ਸਰਕਾਰੀ ਸਕੂਲ ਡਬਲ ਸ਼ਿਫਟ ਵਿੱਚ ਚੱਲਣ ਦੀਆਂ ਖਬਰਾਂ ਆ ਰਹੀਆਂ ਪੰਜਾਬ ਸਰਕਾਰ ਦਾ ਫੈਸਲਾ ਕਿਵੇਂ ਇਹ ਡਬਲ ਸ਼ਿਫਟ ਹਾਂਜੀ ਉਹਦੇ 7 ਵਜੇ 12:30 ਤੱਕ ਸ਼ਿਫਟ ਹੋਏਗੀ 12:30-5 ਵਜੇ ਤੱਕ ਸ਼ਿਫਟ ਹੋਏਗੀ ਦੋ ਸ਼ਿਫਟਾਂ ਨੂੰ ਸਕੂਲ ਚੱਲਣਗੇ ਜਿਸ ਸਕੂਲਾਂ ਵਿੱਚ ਗਿਣਤੀ ਵੱਧਦਾ ਬੱਚਿਆਂ ਦੀ ਸਾਹਿਬ ਅੱਛਾ ਜੀ ਮਾਸਟਰ ਘੱਟ ਨੇ
गिणती बढ़ गई है बच्चे की, इस करके सरकार यह फैसला ले रही है। कल ही फैसला लिया सिक्ख्या विभाग ने, नीट हेयर सिक्ख्या मंत्री ने चावला साहब बड़ा सोहना मुंडा है, अच्छा काम भी अच्छे करता। जो ना फोन कर लो कद कोई कोई नहीं मंत्री का कोई घुमान नहीं देखा मुंडे बच्चे ने, थोड़ा फोन चक ला वो बंदा कई फैसले वधिया भी कर रहा, कई वधिया कर रहा। ये डबल शिफ्ट दे मास्टरां दा दिक्कत होनी है क्योंकि उन्होंने 5 बजे तक बैठना पड़ेगा स्कूल के ड्यूटी दस च 9 to 5 होंगे पर 7 to 5 लै रहा ड्यूटी का, तो वो किमें उन्होंने मास्टर मनाएगा ये बड़ी चुनौती है वो वास्ते। पर जिथे कहते वध बच्चे है उत्थे असी डबल शिफ्ट पढ़ावे, टीचर भी भर्ती करनगे होर के टीचर भर्ती नहीं कीते जाणगे, ये टीचर भर्ती करन दी प्रक्रिया भी चल रही है जाला साहब। टीचर दसा जे हूँ 25,000 के कोई पोस्टा क्ढन गई नहीं है, उन्होंने टीचर की भर्ती का भी एक खाता है। पर राजा बड़ेक ते कहिंदा अजे तक लाण ही ने, सरकार ने कोई वादा पूरा नहीं किया। यह भी सच है, यह भी सच है, ऐलान ही किए हुए वादा वुदा कोई पूरा ग्राउंड दे विच कुछ नहीं आया सामने। वादे बिल्कुल वो माइनिंग वाले बंदे ने जी, हूँ माइनिंग जी कि बंद कि करती बिल्कुल जो ट्रक टिप्पर लैके कल धरने से बह गए जी, वो कहते उसमें मैनली अभी पॉलिसी बना जा रहे हैं, कि पॉलिसी बना जा रहे हो पिपर वाले कहते हैं पॉलिसी बनाओ सू कि तंग कर दो, मतलब कि पॉलिसियां बनावे जी ये फलाना, मतलब कि अजे बिल के बच ही है गल, तो अजे जोड़ा है ना तो वो अगे नहीं कर रहे हैं, असं करा गए असं ये गे गा गी हो रही है पेपर हो नहीं सामने रहा गल। राजा बड़े ने आती है सही गल है। नवजोत सिद्धू ने भी कहा कि भगवंत मान गल्लां करन दी बजाय कुछ करके दिखाउण, भाव गल्लां दा कड़ाह ना बनाउण सानू खवाउण वी। हां वैसे गल्लां दे तां बहुत माहिर हैगे साडे मान साहब, बड़े जानदार ने पंजाब दे चावला साहब, ते गल्लां दे बड़े माहिर हैगे आ, ते गल्लां वधिया कर लैंदे आ, बड़ियां लच्छेदार गल्लां करदे आ। उहनां गल्लां दी तां खैर नवजोत सिद्धू वी घट नहीं हैगी, गल्लां तां ओह वी बड़ी लच्छेदार करदे आ। भगवंत मान लच्छेदार गल्ला करदा करदा किसे वेले ओ मतलब रुक जांदा, गरारी अड़ जांदी है जान आपदी, ओ विधानसभा लोक सभा च नहीं अड़दी, पर जदों किते धार्मिक स्थान ते गरारी अड़दी है फिर पंगा पैंदा। ओ गरारी इक अंकर हुंदा जी उहदे हत्थ विच जिहड़ा ना महावत हुंदा हाथी दा जी, हाथी दे महावत दे हत्थ इक अंकर हुंदा जी, ओ फड़ा उहदा कुंडी जी, ओ जदों ना जी हाथी किते होर पासे निकल दी कोशिश करदा उहदे महावत दे कहण दे अनुसार दूर जाण दी कोशिश करदा ते फट कम ते लाउंदा उहनूं वी आ इत्थे मुड़िया, मेरे ख्याल चो कुंडी किते होर है, महावत कोई होर चला रहा हाथी दे तौर पर। ठीक ठीक नहीं तुसीं हुण मेरे मुँह दे विच महावत दा नां कढाउणा चाहुंदे हो है भरावा, मैं दिल्ली तो बड़ा खजल खुआर होके आया एयरपोर्ट के उत्तों, मैं नहीं ना लैना दिल्ली वाले लाले का। प्रताप सिंह बाजवा कहते हैं कि पिंडा में सरपंचा फंड कढ़ाने तो रोकने का सरकार को कोई अधिकार नहीं, की कहना चाहोगे? हाँ प्रताप सिंह बाजवा सच ना जी पिंडा में होया कि ना जी जिहड़ा उन्होंने दिते सी सरकार ने, कांग्रेस सरकार ने ना जी काफी पैसे दिते सी सरपंचा नूं, किसी नूं शमशान घाट का शेड बनाने वास्ते, किसी को धर्मशाला बनाने वास्ते, किसी शोभा डूंगा करने वास्ते, किसी नाल जी गली नाली पक्की करने वास्ते दिते सी पैसे जी, काफी 11 स्कीम सीगियां, उन्होंने स्कीमों रद्द करता सी सरकार ने, जो भगवंत मान सरकार आई थी स्कीम रद्द हो गई थी, तो कहते भी हम पैसे कढ़ाए गए नहीं कोई, तो हम सारे सरपंचों के उत्तर परवाह लड़ गई थी, सारे सरपंचों ने कहता सी जे किसी ने गलत पैसा खर्चा उससे कार्रवाई भी हो गई, सरपंचों के घरे सुकने पै गए सिस्टम जी, काम खराब हो गया सरपंचों के पैसे जी। हूँ एक सरपंच जरा है जी वो धरना ला के अग अग लैके हाथ विचों लैके पेट्रोल आ गया सड़न वास्ते, असं 7 लाख रुपया खर्चा ना किसी पैसे नहीं दे रहे, तो इस करके ना जी प्रताप सिंह बाजवा ने आखी है कल गल कि तुहानू अधिकार नहीं है कि सरपंचों नू तुसीं पैसे कढ़ाउण तों रोको, वह भी लोकतंत्र की छोटी कड़ी है, लोकतंत्र की कड़ी है, उत्थे तुसीं पैसे देते आ तुहानू कोई अधिकार नहीं लोकतंत्र की कड़ी नू एदां उहनू बदनाम करन दा कि वह करप्ट ने, तुहानू कोई अधिकार नहीं, तुसीं रोक नहीं सकदे उहनां नू। देखो प्रताप सिंह बाजवा का किदां हुंदा, प्रताप सिंह बाजवा ने एक कल होर गल की जाउ साहब, गुरदासपुर के ADC DDPO ते BDPO इन्हां नू नोटिस जारी किया अपने विशेष अधिकार वरतदे आ। प्रताप सिंह बाजवा ने कहा कि यह विरोधी धिर के नेता नू ते विरोधी धिर के MLA नू नहीं सही तरीके नाल ट्रीट कर रहे, उन्होंने गलत आ, CLP की मीटिंग होनी असं बुला रहे हैं, जिहड़े अधिकारी है उन्हों का फर्ज बनता कि साडे कोल आवे, वो विशेष अधिकार वरतदे आ अपने, उन्होंने 3 अधिकारियों नोटिस जारी किया कि आओ नहीं तो फिर असीं तुहाडे खिलाफ विधानसभा लिखांगे।
सरवण सिंह पंधेर ने कहा कि सरकार मुआवजा देवे तो नहीं लावांगे नाड़ नूं अग। सबसिडियां हर थां ते तुहानूं मिलदियां, बिजली तुहानूं फ्री, हाँ जी बीज ते तुहानूं सबसिडी, जे कोई माड़ा मोटा नुकसान हो जाए तुहाडा भरपाई। पर इहदा मतलब कि सीधी थ्रैट वा कि नाड़ नूं अग ही अग लाउणी लाउणी आ जे सानूं तुसीं मुआवजे। इह मुआवजा कहदा जी, नाड़ नूं अग ना लाओ असीं तुहानूं मुआवजा देवांगे, बाकी जनता जिहड़ी आ उह सिर्फ छिल लवाउण वास्ते। हाँ, किसान मजदूर जथेबंदी है जी इह सरबण सिंह भलेर। कल अमृतसर दे विच इन्होंने धरना डीश दफ्तरे बाहर लाया ते उन्होंने कहा कि अग लाउणा साडी मजबूरी आ। कहिंदे वी जिहड़ा नाल हुंदा ना जी, अग ना लाईए असीं तां जदों बौहणे आ जमीन नूं, जिहड़ा कणक दा नाल हुंदा ना जी उह साडे बट्टां दे कोले आ जांदा ते नुकसान करदा साडी फसल दा ते प्रॉब्लम हो जांदी आ। इस करके नाड़ नूं अग लाउणा साडी मजबूरी है। जे तुसीं नाड़ नूं अग लाउण तों रोकना चाहुंदे हो तां सानूं उह भरपाई करो जिहड़ी साडी फसल खराब हुंदी आ। हुण इत्थे इक बहुत वधिया गल ढुकदी आ चावला साहब, पहलां ना हुंदा की सीगा, पहलां छोटे क्यारे हुंदे सीगे ते मुंडे हुंदे सी वी हुंदे सीगे ते मुंडे हुंदे सीगे ते बढ़ जांदे सीगे विच उह खेतां विच ते कहा जांदा सी मुंडिआं नूं स्पैशल तौर ते वी जेकर कोई भाई नाड़ हैगी किते ना इहदा कबाड़ आउंदा उहनूं बट दे नाल ला दो, बट दे उपर सुट दो उपर ते बट दे उपर आपां नूं आम नाड़ां पईआं मिलदीआं सीगीआं। तुसीं खेतां च गए, मैं तरह देखिआ माहौल, आम तौर ते बट्टां दे उपर नाड़ पई मिलदी सी। हुण असीं सौखी खेती कर लई आ, हुण असीं कणक वढती कंबाइन ने ते मशीन बनाती तूड़ी मशीन ने ते नाल दी नाल असीं नाड़ जिहड़ी आपणा अग लाती आ ते नाल दी नाल झोना बीजता असीं, नाल दी नाल झोने पक गिआ, उह झोने दे उपर कुछ सुंडी आ गई तां उहदे उपर पां उह करता स्प्रे करता, ਜੇਕਰ ਨਦੀਨ ਆ ਗਿਆ ਝੋਨੇ ਦੇ ਵਿੱਚ ਕੋਈ ਤਾਂ ਉਹਦਾ ਵੀ ਸਪਰੇ ਕਰਤਾ। ਅਸੀਂ ਅਸੀਂ ਹੱਥੀਂ ਕੰਮ ਕਰਨਾ ਬੰਦ ਕਰ ਦਿੱਤਾ ਤੇ ਅਸੀਂ ਮਸ਼ੀਨਾਂ ਦੇ ਸਹਾਰੇ ਹੋ ਚੁੱਕੇ ਹਾਂ ਤੇ ਸਰਕਾਰ ਤੋਂ ਮੁਆਵਜ਼ੇ ਪਾਲਣ ਲੱਗ ਪਏ ਹਾਂ ਅਸੀਂ। ਇਹ ਥੋੜਾ ਜਿਹਾ ਨਾ ਕਿਸਾਨੀ ਜਿਹੜੀ ਹੈਗੀ ਆ ਥੋੜੀ ਜਿਹੀ ਸੌਖੀ ਆਪਣੇ ਆਪ ਨੂੰ ਸੌਖਾ ਕਰ ਲਿਆ, ਜਦਕਿ ਖੇਤੀ ਸੌਖੀ ਨਹੀਂ ਹੁੰਦੀ ਕਦੇ ਵੀ ਜੀ। ਇਹ ਸਿੱਧਾ ਹੀ ਡਰਾਵਾ ਜੀ, ਹੁਣ ਇਹਨੂੰ ਕੀ ਕਹੋਗੇ ਤੁਸੀਂ, ਇਹ ਵੀ ਡਰਾਵਾ ਜੀ। ਕਿਆ ਬਾਤ, ਇਹ ਵੀ ਯੂਨਿਟੀ ਸਾਡੀ ਏਕਤਾ, ਡਰਾਵਾ ਸਾਡਾ, ਅਸੀਂ ਲਾਵਾਂਗੇ ਨਾੜ ਨੂੰ ਅੱਗ। आम आदमी पार्टी वाले तो लवाते रहे ना पहला, खड़क लाओ तुहानू कौन डकदा ही वेखने आ, ते हुण आपे थापड़ी नहीं तैनू कौन बचावे। बहुत बहुत शुक्रिया, थैंक यू। तुसी सुन रहे हो चावला न्यूज़ नेटवर्क टोरंटो, CNN टोरंटो।